ਜੀ ਲਾਗੂ ਕਰਦੇ ਹੋ ਇਹ ਹੱਦਾਂ ਤੋੜਦੇ ਹੋ ਧੀਆਂ ਭੈਣਾਂ ਨਾਲ ਬਲਾਤਕਾਰ ਕੀਤੇ ਗਏ ਨੇ ਔਰ ਬਲਾਤਕਾਰ ਕਰਨ ਵਾਲਾ ਕੌਣ ਸੀ ਹਰਿਆਣੇ ਦੇ ਜਾਟ ਜੇ ਕੋਈ ਗੋਲੀ ਚੱਲਦੀ ਆ ਤਾਂ ਪਹਿਲੀ ਗੋਲੀ ਜਿਹੜੀ ਆ ਉਹ ਛੋਟੇ ਭਰਾ ਦੀ ਛਾਤੀ ਵਿੱਚ ਲੱਗੂਗੀ ਉਹ ਹਰਿਆਣੇ ਵਾਲਿਆਂ ਦੀ ਛਾਤੀ 'ਚ ਲੱਗੂਗੀ ਉਸ ਤੋਂ ਬਾਅਦ ਪੰਜਾਬ ਵਾਲਿਆਂ ਤੱਕ ਪਹੁੰਚੂਗੀ ਤੀਹ ਨੌਜਵਾਨ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਨੇ ਜੱਟਾਂ ਦੇ ਹਰਿਆਣੇ ਜਿਹੜਾ ਅੰਦੋਲਨ ਆ ਇਹ ਸ਼ੁਰੂਆਤ ਹੋਈ ਆ ਪੰਜਾਬ ਤੋਂ ਜਦੋਂ ਅਸੀਂ ਸ਼ੰਭੂ ਬੱਟ ਟੱਪੇ ਆ ਤਾਂ ਸਾਡੇ ਵਾਲੇ ਹਰਿਆਣੇ ਵਾਲੇ ਭਰਾ ਉਹ ਹਰਿਆਣੇ ਵਾਲੇ ਭਰਾ ਜਿਨ੍ਹਾਂ ਨੂੰ ਹੁਣ ਤੱਕ ਇਹਨਾਂ ਸਰਕਾਰਾਂ ਨੇ ਇਹਨਾਂ ਗੰਦੀ ਰਾਜਨੀਤੀਆਂ ਨੇ ਸਾਡੇ ਤੋਂ ਵੱਖ ਕਰਕੇ ਸਾਡੇ ਦੁਸ਼ਮਣ ਬਣਾ ਕੇ ਸਾਡੇ ਸਾਹਮਣੇ ਖੜੇ ਕਰ ਦਿੱਤਾ ਸੀ ਉਹ ਸਾਡੇ ਕੋਲੇ ਬਾਹਾਂ ਫਲਾਈ ਖੜੇ ਸੀ ਹੱਥਾਂ 'ਚ ਹਾਰ ਲਈ ਖੜੇ ਸੀ ਉਹਨਾਂ ਨੇ ਜੇ ਬੀਜੇਪੀ ਦੀ ਸਰਕਾਰ ਖੱਟਰ ਸਰਕਾਰ ਨੇ ਉੱਥੇ ਨਾਕੇ ਲਗਾਏ ਤਾਂ ਉਹਨਾਂ ਕਿਸਾਨ ਭਰਾਵਾਂ ਨੇ ਆਪਦੀ ਖੜੀ ਫਸਲ ਦੇ ਵਿੱਚੋਂ ਰਾਸਤੇ ਦੇ ਕੇ ਖੇਤਾਂ ਵਿੱਚ ਦੀ ਆਪਦੇ ਟਰੈਕਟਰ ਵਾਲੀਆਂ ਮੂਹਰੇ ਲਾ ਕੇ ਆਪ ਅੱਗੇ ਹੋ ਕੇ ਤੁਰੇ ਔਰ ਉਹਨਾਂ ਦੇ ਮੂੰਹ ਦੇ ਉੱਤੇ ਉਹਨਾਂ ਦੀ ਜ਼ਬਾਨ ਤੇ ਸਿਰਫ ਇੱਕ ਗੱਲ ਸੀ ਕਿ ਅੱਜ ਸਾਡਾ ਵੱਡਾ ਭਰਾ ਪੰਜਾਬ ਉੱਠ ਕੇ ਆਇਆ ਤੇ ਛੋਟਾ ਭਰਾ ਜਿਹੜਾ ਹਰਿਆਣਾ ਅਸੀਂ ਇਸ ਅੰਦੋਲਨ ਦੀ ਅਗਵਾਈ ਕਰਾਂਗੇ ਜੇ ਕੋਈ ਹਰਡਲ ਕੋਈ ਰੁਕਾਵਟ ਰਸਤੇ ਵਿੱਚ ਹੈ ਤਾਂ ਉਸ ਰੁਕਾਵਟ ਨੂੰ ਦੂਰ ਕਰਨ ਦੇ ਲਈ ਪਹਿਲਾ ਕਦਮ ਹਰਿਆਣੇ ਦੇ ਲੋਕ ਚੱਕਣਗੇ ਜੇਕਰ ਕੋਈ ਲਾਠੀ ਪੈਂਦੀ ਆ ਤਾਂ ਪਹਿਲਾਂ ਸਾਡੀ ਢੂਹੀ ਦੇ ਉੱਤੇ ਉਹ ਲਾਠੀ ਪਏਗੀ ਜੇ ਕੋਈ ਗੋਲੀ ਚੱਲਦੀ ਆ ਤਾਂ ਪਹਿਲੀ ਗੋਲੀ ਜਿਹੜੀ ਆ ਉਹ ਛੋਟੇ ਭਰਾ ਦੀ ਛਾਤੀ ਵਿੱਚ ਲੱਗੂਗੀ ਉਹ ਹਰਿਆਣੇ ਵਾਲਿਆਂ ਦੀ ਛਾਤੀ 'ਚ ਲੱਗੂਗੀ ਉਸ ਤੋਂ ਬਾਅਦ ਪੰਜਾਬ ਵਾਲਿਆਂ ਤੱਕ ਪਹੁੰਚੂਗੀ ਇਹ ਜਜ਼ਬਾ ਜਿਹੜਾ ਇਹ ਜਜ਼ਬਾ ਮੈਂ ਸਲਾਮ ਕਰਦਾ ਇਸ ਜਜ਼ਬੇ ਨੂੰ ਤੀਹ ਨੌਜਵਾਨ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਨੇ ਜੱਟਾਂ ਦੇ ਹਰਿਆਣੇ ਦੇ ਔਰ ਉਸ ਅੰਦੋਲਨ ਦੇ ਰਾਹੀਂ ਮੌਕੇ ਹੀ ਇਹ ਗੱਲ ਸਾਹਮਣੇ ਆਈ ਸੀ ਕਿ ਮੁਰਤਲ ਦੇ ਢਾਬੇ ਦੇ ਉੱਤੇ ਜਾਂ ਹੋਰ ਵੀ ਇੱਕ ਦੋ ਜਗ੍ਹਾ ਦੇ ਉੱਤੇ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਦਿੱਲੀ ਤੋਂ ਵਾਪਸ ਪੰਜਾਬ ਆ ਰਹੀਆਂ ਸੀ ਉਹਨਾਂ ਧੀਆਂ ਭੈਣਾਂ ਨਾਲ ਬਲਾਤਕਾਰ ਕੀਤੇ ਗਏ ਨੇ ਔਰ ਬਲਾਤਕਾਰ ਕਰਨ ਵਾਲਾ ਕੌਣ ਸੀ ਹਰਿਆਣੇ ਦੇ ਜਾਟ ਇਹ ਬਾਰ ਬਾਰ ਉੱਥੇ ਰੌਲਾ ਪਾਇਆ ਗਿਆ ਕਿ ਹਰਿਆਣੇ ਦੇ ਜਾਟ ਨੇ ਜਿਨ੍ਹਾਂ ਨੇ ਬਲਾਤਕਾਰ ਕੀਤਾ ਜਦਕਿ ਸੱਚ ਇਹ ਆ ਕਿ ਹਰਿਆਣੇ ਦੇ ਜਾਟ ਰਿਜ਼ਰਵੇਸ਼ਨ ਅੰਦੋਲਨ ਦੇ ਵਿੱਚ ਜਦੋਂ ਇਹਨਾਂ ਸੰਘੀਆਂ ਆਰ ਐਸ ਐਸ ਵਾਲੇ ਬੀਜੇਪੀ ਵਾਲੇ ਇਹ ਮਨੋਵਾਦੀ ਵਿਪਰਵਾਦੀ ਸੋਚ ਵਾਲੇ ਲੋਕਾਂ ਨੇ ਆਪਦੇ ਗੁੰਡਾ ਅਨਸਰ ਉੱਥੇ ਘੁਸਪੈਠ ਕਰਕੇ ਸ਼ਾਮਲ ਕਰ ਦਿੱਤੇ ਉਹਨਾਂ ਗੁੰਡਾ ਅਨਸਰਾਂ ਨੇ ਹੀ ਸਾਰਾ ਨੁਕਸਾਨ ਕੀਤਾ ਸੀ ਨਾਮ ਲੱਗਿਆ ਸਾਡੇ ਜਾਟ ਭਰਾਵਾਂ ਦਾ ਉਹ ਗੱਲ ਹੁਣ ਹੋਰ ਪੱਕੀ ਹੋ ਜਾਂਦੀ ਆ ਜਦੋਂ ਹਰਿਆਣੇ ਵਾਲੇ ਸਾਡਾ ਰੱਜ ਕੇ ਸਵਾਗਤ ਕਰਦੇ ਨੇ ਤੇ ਸਾਡੇ ਅੰਦੋਲਨ ਦੇ ਵਿੱਚ ਤੁਸੀਂ ਜਾ ਕੇ ਦੇਖੋ ਹਰਿਆਣੇ ਦੇ ਬਾਰਡਰ ਤੇ ਉੱਥੇ ਕੁੰਡਲੀ ਬਾਰਡਰ ਤੇ ਟੇਕਰੀ ਬਾਰਡਰ ਤੇ ਉੱਥੇ ਜਾ ਕੇ ਪਤਾ ਚੱਲਦਾ ਸਵੇਰੇ ਟਰਾਲੀਆਂ ਦੀਆਂ ਟਰਾਲੀਆਂ ਸਬਜ਼ੀਆਂ ਦੀਆਂ ਭਰੀਆਂ ਹੋਈਆਂ ਹਰਿਆਣੇ ਤੋਂ ਆ ਰਹੀਆਂ ਹੁੰਦੀਆਂ ਨੇ ਟਰਾਲੀਆਂ ਦੀਆਂ ਟਰਾਲੀਆਂ 2,000 ਲੀਟਰ ਦੁੱਧ ਕੱਲਾ ਕੱਲਾ ਕਿਸਾਨ ਉੱਥੇ ਦਾ ਇਕੱਠਾ ਕਰਕੇ ਪਿੰਡਾਂ ਵਿੱਚੋਂ ਉਹ ਉਸ ਅੰਦੋਲਨ ਦੇ ਵਿੱਚ ਪਹੁੰਚਾ ਰਿਹਾ ਇੱਥੋਂ ਪਤਾ ਲੱਗਦਾ ਕਿ ਹਰਿਆਣੇ ਨਾਲ ਕੋਈ ਸਾਡਾ ਵੈਰ ਨਹੀਂ ਕੋਈ ਵਿਰੋਧ ਨਹੀਂ ਔਰ ਹਰਿਆਣਾ ਤੇ ਪੰਜਾਬ ਜਿਹਨੂੰ ਦੋ ਨਾਮ ਦਿੱਤੇ ਗਏ ਨੇ ਉਹ 1 ਨਵੰਬਰ 1966 ਤੋਂ ਪਹਿਲਾਂ ਦਾ ਜਿਹੜਾ ਮਹਾਂ ਪੰਜਾਬ ਸੀ ਜਿਹਦੇ ਵਿੱਚ ਹਰਿਆਣਾ ਹਿਮਾਚਲ ਪੰਜਾਬ ਪਾਰਟ ਆਫ ਜੰਮੂ ਕਸ਼ਮੀਰ ਸਾਰਾ ਮੌਜੂਦ ਸੀ ਉਹ ਸਾਰੇ ਜਿਹੜੇ ਸੀ ਉਹ ਪੰਜਾਬ ਦੀ ਦਿੱਖ ਇਸ ਵੇਲੇ ਉਸ ਅੰਦੋਲਨ ਵਿੱਚ ਨਜ਼ਰ ਆ ਰਹੀ ਆ ਸਰਕਾਰਾਂ ਇਸ ਵੇਲੇ ਚਾਲਾਂ ਚੱਲ ਰਹੀਆਂ ਨੇ ਉਹ ਕਹਿੰਦੇ ਨੇ ਜੀ ਐਸ ਵਾਈ ਐਲ ਦਾ ਮੁੱਦਾ ਵੀ ਹੈਗਾ ਇਹਨਾਂ ਵਿੱਚ ਜਿਹੜਾ ਅਸੀਂ ਪੌੜਾ ਪਾਇਆ ਹੋਇਆ ਜਿਹਦੇ ਕਰਕੇ ਇਹ ਆਪਸ ਵਿੱਚ ਲੜਦੇ ਨੇ ਪੰਜਾਬ ਦਾ ਪਾਣੀ ਹਰਿਆਣੇ ਵਿੱਚ ਨਹੀਂ ਜਾਣਾ ਚਾਹੀਦਾ ਮੈਂ ਇੱਕੋ ਹੀ ਗੱਲ ਉੱਥੇ ਕਰਦਾ ਹੁੰਦਾ ਕਿ ਤੁਸੀਂ ਐਂ ਕਰੋ ਅਸੀਂ ਲੁਧਿਆਣੇ ਤੋਂ ਜਲੰਧਰ ਜਾਂਦੇ ਹਾਂ ਰਾਹ 'ਚ ਫਲੋਰ ਆਉਂਦਾ ਫਲੋਰ ਚਾਹੇ ਜਲੰਧਰ ਦੇ ਵਿੱਚ ਪਾ ਦਿਓ ਫਲੋਰ ਚਾਹੇ ਲੁਧਿਆਣੇ ਵਿੱਚ ਪਾ ਦਿਓ ਫਲੋਰ ਨੂੰ ਪਾਣੀ ਜਲੰਧਰ ਦਾ ਆਵੇ ਚਾਹੇ ਲੁਧਿਆਣੇ ਦਾ ਆਵੇ ਫਲੋਰ ਨੂੰ ਕਿਸੇ ਨੂੰ ਨਾ ਜਲੰਧਰ ਨੂੰ ਕੋਈ ਇਤਰਾਜ਼ ਹੋਏਗਾ ਨਾ ਲੁਧਿਆਣੇ ਨੂੰ ਕੋਈ ਇਤਰਾਜ਼ ਹੋਏਗਾ ਅਸੀਂ ਚਾਹੁੰਦੇ ਹਾਂ ਕਿ 1 ਨਵੰਬਰ 1966 ਤੋਂ ਪਹਿਲਾਂ ਵਾਲਾ ਮਹਾਂ ਪੰਜਾਬ ਦੁਬਾਰਾ ਤੁਸੀਂ ਲਾਗੂ ਕਰ ਦਿਓ ਇਹ ਹੱਦਾਂ ਤੋੜ ਦਿਓ ਹਿਮਾਚਲ ਨੂੰ ਵਿੱਚ ਮਿਲਾ ਦਿਓ ਹਰਿਆਣੇ ਨੂੰ ਵਿੱਚ ਮਿਲਾ ਦਿਓ ਜਦੋਂ ਮਹਾਂ ਪੰਜਾਬ ਬਣ ਜੂਗਾ ਹਰਿਆਣੇ ਵਾਲਿਆਂ ਨੂੰ ਅਸੀਂ ਪਾਣੀ ਦੇਣਾ ਅਸੀਂ ਐਸ ਵੀ ਐਲ ਕੱਢਣੀ ਆ ਜਾਂ ਨਹੀਂ ਕੱਢਣੀ ਅਸੀਂ ਚੰਡੀਗੜ੍ਹ ਰਾਜਧਾਨੀ ਸਾਂਝੀ ਰੱਖਣੀ ਆ ਜਾਂ ਪੰਜਾਬ ਨੂੰ ਰੱਖਣੀ ਆ ਜਾਂ ਹਰਿਆਣੇ ਨੂੰ ਦੇਣੀ ਆ ਜਾਂ ਹਿਮਾਚਲ ਨੂੰ ਦੇਣੀ ਆ ਜਦੋਂ ਬਣੇ ਇੱਕ ਪੰਜਾਬ ਗਿਆ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਏਗਾ।